ਸਤਿ ਸ਼੍ਰੀ ਅਕਾਲ ਦੋਸਤੋ, ਟਰੂ ਫੈਕਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਸਵਾਗਤ ਕਰਦੇ ਹਾਂ। ਗੱਲ ਕਰਾਂਗੇ ਪੰਜਾਬ ਦੇ ਇਤਿਹਾਸ ਦੀ। ਪੰਜਾਬ ਰਾਜ ਦੇ ਸਿੱਖ ਕੌਮ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦਾ ਆਖਰ ਕੀ ਹੋਇਆ, ਉਹਨਾਂ ਨੇ ਆਖਰੀ ਪਲ ਕਿੱਥੇ ਬਿਤਾਏ, ਕਿੱਥੇ ਉਹਨਾਂ ਦੀ ਮੌਤ ਹੋਈ, ਮਹਾਰਾਣੀ ਜਿੰਦ ਕੌਰ ਦੇ ਨਾਲ ਉਹਨਾਂ ਦਾ ਮਿਲਾਪ ਕਿੱਦਾਂ ਹੋਇਆ ਤੇ ਉਸਦਾ ਉਹਨਾਂ ਉੱਤੇ ਕੀ ਪ੍ਰਭਾਵ ਪਿਆ ਤੇ ਉਹਨਾਂ ਨੇ ਪੰਜਾਬ ਨੂੰ ਜਿੱਤਣ ਲਈ ਕੀ ਕੀਤਾ, ਥੋੜੀ ਮੋਟੀ ਜਾਣਕਾਰੀ ਜਿਹੜੀ ਆਪਾਂ ਨੂੰ ਮਿਲੇ ਆ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਵੀਡੀਓ ਕਾਫੀ ਦਾ ਇੰਟਰਸਟਿੰਗ ਹੋਣ ਵਾਲੀ ਆ, ਕਿਉਂਕਿ ਆਪਾਂ ਪੜ੍ਹਨ ਜਾ ਰਹੇ ਹਾਂ ਸਿੱਖ ਕੌਮ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੇ ਬਾਰੇ। ਤਾਂ ਸ਼ੁਰੂ ਕਰਦੇ ਹਾਂ ਮਹਾਰਾਜਾ ਦਲੀਪ ਸਿੰਘ ਦੀ ਕਹਾਣੀ। ਮਹਾਰਾਜਾ ਦਲੀਪ ਸਿੰਘ ਪੰਜਾਬ ਦੇ ਸਿਹਰੇ ਪੰਜਾਬ ਕਹੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਬੇਟੇ ਸਨ। ਮਹਾਰਾਜਾ ਦਲੀਪ ਸਿੰਘ ਨੂੰ ਬਹੁਤ ਜ਼ਿਆਦਾ ਛੋਟੀ ਉਮਰ ਦੇ ਵਿੱਚ ਸਿੱਖ ਕੌਮ ਦਾ ਸ਼ਾਸਕ ਬਣਾਇਆ ਗਿਆ। ਕਿਹਾ ਜਾਂਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਉਸ ਵੇਲੇ ਮਹਾਰਾਜਾ ਦਲੀਪ ਸਿੰਘ ਦੀ ਉਮਰ ਮਹਿਜ 1 ਸਾਲ ਦੀ ਸੀ ਤੇ 5 ਸਾਲ ਦੀ ਉਮਰ ਦੇ ਵਿੱਚ ਉਹ ਰਾਜਗੱਦੀ ਦੇ ਉੱਤੇ ਬੈਠੇ। ਪਰ ਜਿਹੜਾ ਰਾਜ ਦਾ ਜਿਹੜਾ ਪ੍ਰਬੰਧ ਸੀ ਉਹਨਾਂ ਦੀ ਮਾਤਾ ਰਾਣੀ ਜਿੰਦ ਕੌਰ ਤੇ ਉਹਨਾਂ ਦੇ ਚਾਚਾ ਜੀ ਚਲਾ ਰਹੇ ਸਨ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅੰਗਰੇਜ਼ਾਂ ਦਾ ਜਿਹੜਾ ਕਿ ਦਬਦਬਾ ਉਹ ਦਿਨ ਬ ਦਿਨ ਵੱਧਦਾ ਹੀ ਗਿਆ ਤੇ ਕੁਝ ਸਿੱਖ ਕੌਮ ਦੇ ਗਦਾਰਾਂ ਦੇ ਕਰਕੇ ਵੀ ਇਹ ਹੋਇਆ ਕਿ 1849 ਦੇ ਵਿੱਚ ਅੰਗਰੇਜ਼ਾਂ ਨੇ ਪੂਰਨ ਤੌਰ ਦੇ ਉੱਤੇ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ ਤੇ ਹੁਣ ਸਿੱਖਾਂ ਅੰਗਰੇਜ਼ਾਂ ਨੂੰ ਡਰ ਸੀ ਕਿ ਕਿਤੇ ਮਹਾਰਾਜਾ ਦਲੀਪ ਸਿੰਘ ਵੱਡੇ ਹੋ ਕੇ ਉਹਨਾਂ ਦੇ ਸਾਹਮਣੇ ਕੋਈ ਚੁਣੌਤੀ ਪੇਸ਼ ਨਾ ਕਰਨ। ਤਾਂ ਇਸ ਤੋਂ ਬਚਣ ਦੇ ਲਈ ਇੱਕ ਨਾਬਾਲਗ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਦੀ ਮਾਤਾ ਦੇ ਨਾਲੋਂ ਛੋਟੀ ਉਮਰ ਦੇ ਵਿੱਚ ਅਲੱਗ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ, ਮਤਲਬ ਕਿ ਫਤਿਹਗੜ੍ਹ ਜੋ ਕਿ ਅੱਜ ਯੂਪੀ ਦੇ ਵਿੱਚ ਹੈ ਉੱਥੇ ਭੇਜ ਦਿੱਤਾ ਗਿਆ ਤੇ ਉੱਥੇ ਉਹਨਾਂ ਦਾ ਪਾਲਣ ਪੋਸ਼ਣ ਇੱਕ ਅੰਗਰੇਜ਼ੀ ਪਰਿਵਾਰ ਦੇ ਵਿੱਚ ਹੋਇਆ ਜੋ ਕਿ ਆਰਮੀ ਦੇ ਵਿੱਚ ਸਰਜਨ ਸੀ ਤੇ ਉਹਨਾਂ ਨੂੰ ਉੱਥੇ ਇਹ ਵੀ ਨਿਰਦੇਸ਼ ਦਿੱਤੇ ਗਏ ਮਹਾਰਾਜਾ ਦਲੀਪ ਸਿੰਘ ਨੂੰ ਕਿ ਤੁਸੀਂ ਇਹਨਾਂ ਨੂੰ ਹੀ ਆਪਣੇ ਮਾਤਾ ਪਿਤਾ ਮੰਨਣਾ। ਮਤਲਬ ਕਿ ਸਿੱਖ ਕੌਮ ਦੇ ਆਖਰੀ ਸ਼ਾਸਕ ਨੂੰ ਉਸਦੇ ਪਰਿਵਾਰ ਤੋਂ ਦੂਰ ਲਿਜਾਇਆ ਗਿਆ, ਉਸਦੇ ਲੋਕਾਂ ਤੋਂ, ਉਸਦੇ ਰਾਜ ਤੋਂ ਦੂਰ ਲਿਜਾ ਕੇ ਇੱਕ ਈਸਾਈ ਅੰਗਰੇਜ਼ਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਗਿਆ। ਕਿਹਾ ਜਾਂਦਾ ਕਿ ਉੱਥੇ 15 ਸਾਲ ਦੀ ਉਮਰ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਜੋ ਈਸਾਈ ਧਰਮ ਸੀ ਉਹ ਅਪਣਾਉਣਾ ਪਿਆ ਤੇ 1854 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਬ੍ਰਿਟੇਨ ਚਲੇ ਜਾਂਦੇ ਨੇ। ਉੱਥੇ ਉਹਨਾਂ ਦੀ ਮੁਲਾਕਾਤ ਉੱਥੋਂ ਦੀ ਰਾਣੀ ਕੁਈਨ ਵਿਕਟੋਰੀਆ ਦੇ ਨਾਲ ਹੁੰਦੀ ਹੈ। ਕੁਈਨ ਵਿਕਟੋਰੀਆ ਉਹਨਾਂ ਦਾ ਉੱਥੋਂ ਦੇ ਇੱਕ ਪ੍ਰਸਿੱਧ ਚਿੱਤਰਕਾਰ ਤੋਂ ਉਹਨਾਂ ਦੀ ਮੂਰਤੀ ਕਹਿ ਸਕਦੇ ਚਿੱਤਰ ਬਣਾਉਂਦੇ ਆ ਤੇ ਉਸ ਤੋਂ ਬਾਅਦ ਉੱਥੇ ਉਹਨਾਂ ਨੂੰ ਇੱਕ ਕੋਹੀਨੂਰ ਹੀਰਾ ਵੀ ਦਿਖਾਇਆ ਜਾਂਦਾ। ਕੋਹੀਨੂਰ ਹੀਰਾ 2 ਸਾਲ ਪਹਿਲਾਂ ਹੀ ਉੱਥੇ ਬ੍ਰਿਟੇਨ ਪਹੁੰਚ ਚੁੱਕਿਆ ਸੀ ਪਰ ਮਹਾਰਾਣੀ ਵਿਕਟੋਰੀਆ ਨੇ ਸਾਰਵਜਨਿਕ ਤੌਰ ਤੇ ਉਸ ਹੀਰੇ ਨੂੰ ਨਹੀਂ ਪਹਿਨਿਆ ਸੀ ਕਿਉਂਕਿ ਉਹਨਾਂ ਦੀ ਮਹਾਰਾਜਾ ਦਲੀਪ ਸਿੰਘ ਦੇ ਪ੍ਰਤੀ ਸੰਵੇਦਨਾ ਸੀ ਕਿ ਕਿਤੇ ਉਹਨਾਂ ਨੂੰ ਦੁੱਖ ਨਾ ਲੱਗੇ ਕਿ ਉਹ ਉਹਨਾਂ ਦੇ ਪਿਤਾ ਦੀ ਅਮਾਨਤ ਨੂੰ ਪਹਿਨ ਰਹੇ ਨੇ। ਤਾਂ ਉਸ ਟਾਈਮ 1857 ਦੇ ਵਿੱਚ ਕਿਹਾ ਜਾਂਦਾ 1854 ਦੇ ਵਿੱਚ ਉਹਨਾਂ ਨੇ ਉਹ ਹੀਰਾ ਕੋਹੀਨੂਰ ਹੀਰਾ ਮਹਾਰਾਣੀ ਵਿਕਟੋਰੀਆ ਨੂੰ ਤੋਹਫੇ ਦੇ ਵਜੋਂ ਦੇ ਦਿੱਤਾ ਤੇ ਉਸ ਤੋਂ ਬਾਅਦ ਮਹਾਰਾਣੀ ਵਿਕਟੋਰੀਆ ਆਪਣੇ ਆਖਰੀ ਸਾਹਾਂ ਤੱਕ ਉਸ ਹੀਰੇ ਮਤਲਬ ਕਿ ਉਸ ਹੀਰੇ ਉਹ ਹੀਰਾ ਉਹਨਾਂ ਦੇ ਤਾਜ ਦੇ ਵਿੱਚ ਦੇਖਣ ਨੂੰ ਮਿਲਿਆ। 1857 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੇ ਪੰਜਾਬ ਆਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੂੰ ਬਹੁਤ ਹੀ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਧਰਮ ਦੇ ਨਾਲੋਂ ਦੂਰ ਕਰ ਦਿੱਤਾ ਗਿਆ ਸੀ, ਉਹਨਾਂ ਦੇ ਇਤਿਹਾਸ ਦੇ ਨਾਲੋਂ ਦੂਰ ਕਰ ਦਿੱਤਾ ਗਿਆ ਸੀ। ਉਹ ਸਭ ਕੁਝ ਭੁੱਲ ਚੁੱਕੇ ਸੀ ਪਰ ਉਹ ਆਪਣੀ ਮਾਂ ਨੂੰ ਨਹੀਂ ਭੁੱਲੇ ਸੀ ਤੇ ਉਹਨਾਂ ਨੇ 1857 ਦੇ ਵਿੱਚ ਜਿੱਦ ਕੀਤੀ ਸੀ ਕਿ ਮੈਨੂੰ ਮੇਰੀ ਮਾਂ ਦੇ ਨਾਲ ਮਿਲਾਇਆ ਜਾਵੇ ਪਰ ਅੰਗਰੇਜ਼ਾਂ ਨੇ ਅਜਿਹਾ ਨਹੀਂ ਹੋਣ ਦਿੱਤਾ ਕਿਉਂਕਿ 1857 ਦੇ ਵਿੱਚ ਭਾਰਤ ਦੇ ਵਿੱਚ ਇੱਕ ਕ੍ਰਾਂਤੀ ਹੋਈ ਸੀ ਤੇ ਅੰਗਰੇਜ਼ਾਂ ਦੇ ਮਨ ਦੇ ਵਿੱਚ ਡਰ ਸੀ ਕਿ ਕਿਤੇ ਜੇ ਮਹਾਰਾਜਾ ਦਲੀਪ ਸਿੰਘ ਪੰਜਾਬ ਚਲੇ ਗਏ ਤਾਂ ਪੰਜਾਬ ਦੇ ਲੋਕਾਂ ਪੰਜਾਬ ਦੇ ਵਿੱਚ ਵੀ ਕੋਈ ਕ੍ਰਾਂਤੀ ਹੋ ਸਕਦੀ ਹੈ, ਉੱਥੇ ਵੀ ਵਿਦਰੋਹ ਹੋ ਸਕਦੇ ਨੇ। ਤਾਂ ਇਸ ਤੋਂ ਡਰਦਿਆਂ ਨੇ ਅੰਗਰੇਜ਼ਾਂ ਨੇ ਉਹਨਾਂ ਨੂੰ ਇਹ ਪਰਮਿਸ਼ਨ ਨਹੀਂ ਦਿੱਤੀ ਪਰ ਉਹਨਾਂ ਦੀ ਜਿੱਦ ਦੇ ਅੱਗੇ ਅੰਗਰੇਜ਼ੀ ਹਕੂਮਤ ਨੂੰ ਝੁਕਣਾ ਪਿਆ। 1861 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਭਾਰਤ ਆਏ ਪਰ ਉਹਨਾਂ ਨੂੰ ਪੰਜਾਬ ਨਹੀਂ ਆਉਣ ਦਿੱਤਾ ਗਿਆ। ਉਹਨਾਂ ਦੀ ਮੁਲਾਕਾਤ ਮਹਾਰਾਣੀ ਜਿੰਦ ਕੌਰ ਦੇ ਨਾਲ ਕਲਕੱਤਾ ਦੇ ਵਿੱਚ ਕਰਵਾਈ ਗਈ। ਉਸ ਟਾਈਮ ਮਹਾਰਾਣੀ ਜਿੰਦ ਕੌਰ ਨੇਪਾਲ ਦੇ ਵਿੱਚ ਸਨ ਕਿਉਂਕਿ ਮਹਾਰਾਣੀ ਜਿੰਦ ਕੌਰ ਦੇ ਨਾਲ ਵੀ ਕਈ ਤਰ੍ਹਾਂ ਦੀਆਂ ਦੁਰਵਿਵਹਾਰ ਅੰਗਰੇਜ਼ੀ ਹਕੂਮਤ ਦੇ ਵੱਲੋਂ ਕੀਤੇ ਗਏ ਜਿਸਦਾ ਇਤਿਹਾਸ ਵੀ ਆਪਾਂ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕਲਕੱਤਾ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋਈ। ਮਹਾਰਾਣੀ ਜਿੰਦ ਕੌਰ ਜਦੋਂ ਆਪਣੇ ਪੁੱਤਰ ਨੂੰ ਈਸਾਈ ਲਿਬਾਸ ਦੇ ਵਿੱਚ ਦੇਖਦੇ ਆ ਤਾਂ ਉਹ ਕਾਫੀ ਜ਼ਿਆਦਾ ਦੁਖੀ ਹੁੰਦੇ ਆ। ਉਹ ਕਹਿੰਦੇ ਆ ਉਹ ਉਹਨਾਂ ਨੂੰ ਇਤਿਹਾਸ ਯਾਦ ਦਿਵਾਉਂਦੇ ਆ ਵੀ ਉਹ ਕੌਣ ਹਨ। ਗਲਤੀ ਇੱਥੇ ਮਹਾਰਾਜਾ ਦਲੀਪ ਸਿੰਘ ਦੀ ਵੀ ਰਹੀ ਸੀ, ਉਹਨਾਂ ਨੂੰ ਨਿੱਕੀ ਉਮਰੇ ਉਹਨਾਂ ਦੇ ਇਤਿਹਾਸ ਤੋਂ ਦੂਰ ਲਿਜਾਇਆ ਗਿਆ ਜੋ ਕਿ ਸਿੱਖ ਕੌਮ ਦੇ ਗਦਾਰ ਤੇ ਨਾਲ ਦੀ ਨਾਲ ਅੰਗਰੇਜ਼ਾਂ ਦੀਆਂ ਕੋਝੀਆਂ ਚਾਲਾਂ ਦਾ ਕੋਝੀਆਂ ਚਾਲਾਂ ਦੇ ਕਰਕੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਪਰਿਵਾਰ ਦੇ ਨਾਲੋਂ ਆਪਣੇ ਲੋਕਾਂ ਕੋਲੋਂ ਦੂਰ ਹੋਣਾ ਪਿਆ ਤੇ 1861 ਦੇ ਵਿੱਚ ਇਹ ਮੁਲਾਕਾਤ ਹੁੰਦੀ ਹੈ। ਮਹਾਰਾਣੀ ਜਿੰਦ ਕੌਰ ਉਹਨਾਂ ਨੂੰ ਉਹਨਾਂ ਦੇ ਇਤਿਹਾਸ ਬਾਰੇ ਦੱਸਦੀ ਹੈ ਕਿੱਦਾਂ ਅੰਗਰੇਜ਼ਾਂ ਨੇ ਉਹਨਾਂ ਦੇ ਪਿਤਾ ਦੇ ਰਾਜ ਨੂੰ ਉਹਨਾਂ ਦੇ ਹੱਥੋਂ ਖੋਹ ਲਿਆ, ਉਹਨਾਂ ਦੇ ਪਿਤਾ ਕਿਹੋ ਜਿਹੇ ਸਨ, ਸਿੱਖ ਧਰਮ ਦੇ ਇਤਿਹਾਸ ਦੇ ਬਾਰੇ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਣੀ ਜਿੰਦ ਕੌਰ ਦੱਸਦੀ ਆ ਤੇ 1861 ਦੇ ਵਿੱਚ ਹੀ ਜਿਹੜੀ ਕਿ ਮਹਾਰਾਣੀ ਜਿੰਦ ਕੌਰ ਨੇ
ਉਹ ਮਹਾਰਾਜਾ ਦਲੀਪ ਸਿੰਘ ਦੇ ਨਾਲ ਬ੍ਰਿਟੇਨ ਚਲੇ ਜਾਂਦੇ ਨੇ ਤੇ 2 ਸਾਲ ਮਹਾਰਾਜਾ ਦਲੀਪ ਸਿੰਘ ਮਹਾਰਾਣੀ ਜਿੰਦ ਕੌਰ ਦੇ ਨਾਲ ਬਿਤਾਉਂਦੇ ਨੇ ਤੇ ਇਹਨਾਂ 2 ਸਾਲਾਂ ਦੇ ਵਿੱਚ ਮਹਾਰਾਣੀ ਜਿੰਦ ਕੌਰ ਉਹਨਾਂ ਨੂੰ ਸਿੱਖ ਇਤਿਹਾਸ ਦੇ ਬਾਰੇ ਸਿੱਖ ਰਾਜ ਦੇ ਬਾਰੇ ਕਾਫੀ ਕੁਝ ਦੱਸਦੇ ਨੇ ਜਿਸ ਦਾ ਕਾਫੀ ਇਹਦਾ ਪ੍ਰਭਾਵ ਮਹਾਰਾਜਾ ਦਲੀਪ ਸਿੰਘ ਦੇ ਉੱਤੇ ਪੈਂਦਾ ਤੇ ਕਿਹਾ ਇਹ ਵੀ ਜਾਂਦਾ ਕਿ ਮਹਾਰਾਜਾ ਦਲੀਪ ਸਿੰਘ ਨੇ ਮੁੜ ਤੋਂ ਸਿੱਖ ਧਰਮ ਨੂੰ ਅਪਣਾ ਲਿਆ ਸੀ ਕਿਉਂਕਿ ਮਹਾਰਾਣੀ ਜਿੰਦ ਕੌਰ ਦੀਆਂ ਗੱਲਾਂ ਦਾ ਉਹਨਾਂ ਉੱਤੇ ਕਾਫੀ ਇਹਦਾ ਪ੍ਰਭਾਵ ਪਿਆ ਸੀ ਤੇ 1863 ਦੇ ਵਿੱਚ ਮਹਾਰਾਣੀ ਜਿੰਦ ਕੌਰ ਆਪਣੇ ਪ੍ਰਾਣ ਤਿਆਗ ਦਿੰਦੇ ਨੇ। ਹੁਣ ਗੱਲ ਕਰਦੇ ਹਾਂ ਮਹਾਰਾਜਾ ਦਲੀਪ ਸਿੰਘ ਨੇ ਪੰਜਾਬ ਨੂੰ ਜਿੱਤਣ ਦੀ ਕੀ ਕੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਦਾ ਜਿਹੜਾ ਮੋਹ ਸੀ ਉਹ ਬ੍ਰਿਟੇਨ ਦੇ ਨਾਲੋਂ ਭੰਗ ਹੋ ਚੁੱਕਿਆ ਸੀ। ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਅੰਗਰੇਜ਼ਾਂ ਨੇ ਮੇਰੇ ਨਾਲ ਧੱਕਾ ਕੀਤਾ, ਮੈਨੂੰ ਅਗਵਾ ਕੀਤਾ, ਮੈਨੂੰ ਮੇਰੇ ਧਰਮ ਤੋਂ ਅਲੱਗ ਕੀਤਾ ਗਿਆ ਤੇ ਉਹਨਾਂ ਨੇ ਕੋਸ਼ਿਸ਼ਾਂ ਜਾਰੀ ਰੱਖੀਆਂ ਪੰਜਾਬ ਨੂੰ ਜਿੱਤਣ ਦੀਆਂ, ਪੰਜਾਬ ਦੇ ਵਿੱਚ ਆਉਣ ਦੀਆਂ ਤੇ ਉਹਨਾਂ ਨੇ 1886 ਈਸਵੀ ਦੇ ਵਿੱਚ ਫੈਸਲਾ ਕੀਤਾ ਕਿ ਉਹ ਆਪਣੇ ਸਾਰੇ ਪਰਿਵਾਰ ਦੇ ਨਾਲ ਪੰਜਾਬ ਚਲੇ ਜਾਣਗੇ। ਪਰ ਅੰਗਰੇਜ਼ੀ ਹਕੂਮਤ ਅਜਿਹਾ ਕਦੇ ਵੀ ਨਹੀਂ ਹੋ ਅੰਗਰੇਜ਼ੀ ਹਕੂਮਤ ਨੇ ਅਜਿਹਾ ਕਦੇ ਵੀ ਹੋਣ ਨਾ ਦਿੱਤਾ। ਪਰ ਮਹਾਰਾਜਾ ਦਲੀਪ ਸਿੰਘ ਨੇ ਕੋਸ਼ਿਸ਼ ਕੀਤੀ, ਉਹ ਪਾਣੀ ਵਾਲੇ ਜਹਾਜ਼ ਦੇ ਨਾਲ ਉਹਨਾਂ ਨੇ ਇੰਡੀਆ ਵੱਲੋਂ ਕੂਚ ਕੀਤਾ ਪਰ ਰਾਹ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਗਿਆ ਤੇ ਉਹਨਾਂ ਨੂੰ ਫਿਰ ਤੋਂ ਦੁਬਾਰਾ ਬ੍ਰਿਟੇਨ ਭੇਜ ਦਿੱਤਾ ਗਿਆ। ਪਰ ਉਹਨਾਂ ਦਾ ਮੋਹ ਤਾਂ ਬ੍ਰਿਟੇਨ ਦੇ ਨਾਲੋਂ ਭੰਗ ਹੋ ਚੁੱਕਿਆ ਸੀ ਤੇ ਉਹਨਾਂ ਨੇ ਫੈਸਲਾ ਕੀਤਾ ਵੀ ਉਹ ਲੰਡਨ ਦੇ ਵਿੱਚ ਬ੍ਰਿਟੇਨ ਦੇ ਵਿੱਚ ਨਹੀਂ ਰਹਿਣਗੇ ਤਾਂ ਉਹ ਪੈਰਿਸ ਦੇ ਵਿੱਚ ਰਹਿਣ ਲੱਗੇ ਤੇ ਉੱਥੇ ਉਹਨਾਂ ਨੇ ਆਪਣੇ ਚਚੇਰੇ ਭਾਈ ਖੜਕ ਸਿੰਘ ਦੇ ਨਾਲ ਸੰਪਰਕ ਕੀਤਾ ਤੇ ਕਿਹਾ ਕਿ ਤੁਸੀਂ ਪੁਡੂਚੇਰੀ ਜਾਓ। ਪੁਡੂਚੇਰੀ ਉਸ ਟਾਈਮ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਨਹੀਂ ਸੀ, ਉੱਥੇ ਫਰੈਂਚ ਸਰਕਾਰ ਸੀ ਤਾਂ ਉੱਥੇ ਉਹਨਾਂ ਨੇ ਪੰਜਾਬ ਨੂੰ ਜਿੱਤਣ ਦੀਆਂ ਕੋਸ਼ਿਸ਼ਾਂ ਕੀਤੀਆਂ। ਉਹਨਾਂ ਨੇ ਕਈ ਰਿਆਸਤਾਂ ਦੇ ਨਾਲ ਗੱਲਬਾਤ ਕੀਤੀ। ਕਿਹਾ ਇਹ ਵੀ ਜਾਂਦਾ ਕਿ ਮਹਾਰਾਜਾ ਦਲੀਪ ਸਿੰਘ ਨੇ ਰੂਸ ਦੇ ਨਾਲ ਵੀ ਗੱਲਬਾਤ ਕੀਤੀ ਤੇ ਉਹ ਰੂਸ ਗਏ ਵੀ ਸਨ ਤੇ ਉੱਥੇ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਕਈ ਰਿਆਸਤਾਂ ਮੇਰੇ ਨਾਲ ਨੇ, ਤੁਸੀਂ ਮੈਨੂੰ ਫੌਜ ਦਿਓ ਤੇ ਹਥਿਆਰ ਦਿਓ ਤਾਂ ਕਿ ਅਸੀਂ ਅੰਗਰੇਜ਼ਾਂ ਤੋਂ ਭਾਰਤੀ 25 ਕਰੋੜ ਦੀ ਜਨਤਾ ਨੂੰ ਮੁਕਤ ਕਰਵਾ ਸਕੀਏ। ਪਰ ਰੂਸ ਦੇ ਵੱਲੋਂ ਕੋਈ ਜ਼ਿਆਦਾ ਇਸਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਪੈਰਿਸ ਦੇ ਵਿੱਚ ਆਪਣੀ ਆਖਰੀ ਜ਼ਿੰਦਗੀ ਬਿਤਾਉਂਦੇ ਆ ਕਿਉਂਕਿ ਉਹਨੂੰ ਪੰਜਾਬ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ ਸਨ, ਇਸ ਤੋਂ ਦੁਖੀ ਹੋ ਕੇ, ਇਸ ਤੋਂ ਨਿਰਾਸ਼ ਹੋ ਕੇ ਅੰਗਰੇਜ਼ਾਂ ਨੇ ਉਹਨਾਂ ਨੂੰ ਮਿਲਣ ਵਾਲੀ ਜਿਹੜੀ ਪੈਨਸ਼ਨ ਸੀ, ਭੱਤਾ ਸੀ, ਉਹ ਵੀ ਬੰਦ ਕਰ ਦਿੱਤਾ ਸੀ ਤੇ ਉਹਨਾਂ ਨੇ ਜਿਹੜਾ ਆਖਰੀ ਸਮਾਂ ਆਪਣਾ ਪੈਰਿਸ ਦੇ ਇੱਕ ਸਧਾਰਨ ਹੋਟਲ ਦੇ ਵਿੱਚ ਬਿਤਾਇਆ। 21 ਅਕਤੂਬਰ ਜਾਣੀ ਕਿ ਅੱਜ ਦੇ ਹੀ ਦਿਨ ਕਿਹਾ ਜਾਂਦਾ 1893 ਦੇ ਵਿੱਚ ਉਹ ਉਸੀ ਉਹੀ ਹੋਟਲ ਦੇ ਵਿੱਚ ਮ੍ਰਿਤ ਪਾਏ ਜਾਂਦੇ ਨੇ ਤੇ ਉਸ ਟਾਈਮ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਨਹੀਂ ਸੀ। ਮਹਾਰਾਜਾ ਦਲੀਪ ਸਿੰਘ ਦੀਆਂ 8 ਸੰਤਾਨਾਂ ਸਨ ਪਰ ਉਹਨਾਂ ਦੇ ਕੋਈ ਪੋਤਰਾ ਪੋਤਰੀ ਦੋਹਤਾ ਦੋਹਤਰੀ ਨਹੀਂ ਸਨ। ਇਸ ਦੇ ਪਿੱਛੇ ਵੀ ਕਿਹਾ ਜਾਂਦਾ ਕਿ ਅੰਗਰੇਜ਼ਾਂ ਦੀਆਂ ਕੋਝੀਆਂ ਚਾਲਾਂ ਹੀ ਸਨ। ਉਹ ਨਹੀਂ ਚਾਹੁੰਦੇ ਸਨ ਕਿ ਮਹਾਰਾਜਾ ਦਲੀਪ ਸਿੰਘ ਦੇ ਵੰਸ਼ ਅੱਗੇ ਵਧਣ ਤਾਂ ਕਿ ਅੱਗੇ ਜਾ ਕੇ ਉਹਨਾਂ ਦੇ ਰਾਜ ਨੂੰ ਕੋਈ ਚੁਣੌਤੀ ਦੇਵੇ। ਇਹ ਸੀ ਪੰਜਾਬ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦਾ ਇਤਿਹਾਸ। ਉਸ ਤੋਂ ਬਾਅਦ ਗੱਲ ਫਿਰ ਆ ਜਾਂਦੀ ਹੈ ਕਿ ਮਹਾਰਾਜਾ ਦਲੀਪ ਸਿੰਘ ਦੀ ਇੱਛਾ ਸੀ ਕਿ ਉਹਨਾਂ ਨੂੰ ਜਿਹੜਾ ਅੰਤਿਮ ਸੰਸਕਾਰ ਆ ਉਹ ਉਹਨਾਂ ਦੀ ਧਰਤੀ ਪੰਜਾਬ ਦੇ ਵਿੱਚ ਕੀਤਾ ਜਾਵੇ। ਪਰ ਅੰਗਰੇਜ਼ ਤਾਂ ਬਹੁਤ ਜ਼ਿਆਦਾ ਡਰਦੇ ਸੀ ਕਿ ਕਿਤੇ ਜੇ ਪੰਜਾਬ ਦੇ ਵਿੱਚ ਉਹਨਾਂ ਦਾ ਸਰੀਰ ਪਹੁੰਚ ਗਿਆ, ਉਹਨਾਂ ਦੀ ਅੰਤਿਮ ਸੰਸਕਾਰ ਪੰਜਾਬ ਦੇ ਵਿੱਚ ਜੇ ਕੀਤਾ ਗਿਆ ਤਾਂ ਫਿਰ ਜਿਹੜੇ ਕਿ ਉੱਥੋਂ ਦੇ ਲੋਕ ਨੇ ਭਟਕ ਵੀ ਸਕਦੇ ਨੇ ਕਿਉਂਕਿ ਮਹਾਰਾਜਾ ਦਲੀਪ ਸਿੰਘ ਪੰਜਾਬ ਦੇ ਆਖਰੀ ਸ਼ਾਸਕ ਸੀ, ਉਹਨਾਂ ਪੰਜਾਬ ਦੇ ਲੋਕਾਂ ਦੇ ਵਿੱਚ ਉਹਨਾਂ ਦੇ ਲਈ ਹਮਦਰਦੀ ਸੀ ਤਾਂ ਇਸ ਤੋਂ ਡਰਦੇ ਹੋਏ ਉਹਨਾਂ ਨੇ 1893 ਦੇ ਵਿੱਚ ਲੰਡਨ ਦੇ ਵਿੱਚ ਹੀ ਉਹਨਾਂ ਨੂੰ ਦਫਨਾਇਆ ਗਿਆ ਈਸਾਈ ਰੀਤੀ ਰਿਵਾਜਾਂ ਦੇ ਨਾਲ। ਪਰ ਮਹਾਰਾਜਾ ਦਲੀਪ ਸਿੰਘ ਨੇ ਸਿੱਖ ਧਰਮ ਨੂੰ ਅਪਣਾ ਲਿਆ ਸੀ ਤੇ ਇੱਥੇ ਉਹਨਾਂ ਦੇ ਨਾਲ ਫਿਰ ਤੋਂ ਧੱਕਾ ਕੀਤਾ ਗਿਆ ਤੇ ਸਿੱਖ ਕੌਮ ਦੇ ਨਾਲ ਵੀ ਧੱਕਾ ਕੀਤਾ ਗਿਆ। ਇਹ ਸੀ ਮਹਾਰਾਜਾ ਦਲੀਪ ਸਿੰਘ ਦਾ ਇਤਿਹਾਸ। ਪੰਜਾਬ ਦੇ ਇਤਿਹਾਸ ਉੱਤੇ ਚਾਨਣਾ ਪਾਉਂਦੇ ਰਹਾਂਗੇ। ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ, ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਇਤਿਹਾਸ ਨੂੰ ਪੜ੍ਹਦੇ ਹੋਏ ਥੋੜੀਆਂ ਮੋਟੀਆਂ ਗਲਤੀਆਂ ਸਾਡੇ ਕੋਲੋਂ ਜ਼ਰੂਰ ਹੋਈਆਂ ਹੋਣਗੀਆਂ, ਇੱਕ ਅਣਜਾਣ ਬੱਚਾ ਸਮਝ ਕੇ ਮਾਫ਼ ਕਰ ਦਿਓ ਜੀ। ਅੱਗੇ ਤੋਂ ਚੰਗੇ ਤਰੀਕੇ ਦੇ ਨਾਲ ਇਤਿਹਾਸ ਨੂੰ ਪੜ੍ਹਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਵੇਗੀ। ਧੰਨਵਾਦ ਜੀ ਸਾਰਿਆਂ ਦਾ।